ਜਲੰਧਰ ਦੇ ਦੁਰਗਾ ਕਲੋਨੀ ਨੇੜੇ ਕੁਝ ਨੌਜਵਾਨ ਬੰਦੂਕ ਦੀ ਨੋਕ ਤੇ ਡੋਲਫਿਨ ਹੋਟਲ ਕਾਰੋਬਾਰੀ ਤੋਂ ਕਾਰ ਖੋ ਕੇ ਲੈ ਗਏ। ਚਸ਼ਮਦੀਪ ਵਿਜੇ ਬੱਤਰਾ ਨੇ ਦੱਸਿਆ ਕਿ ਡੋਲਫਿਨ ਹੋਟਲ ਦਾ ਮਾਲਕ ਆਪਣੇ ਪਰਿਵਾਰ ਦੇ ਨਾਲ ਵਰਿਆਣਾ ਤੋਂ ਸ੍ਰੀ ਦਰਬਾਰ ਸਾਹਿਬ ਜਾ ਰਹੇ ਸਨ ਤੇ ਜਿਵੇਂ ਹੀ ਉਹ HMV ਕਾਲਜ ਨੇੜੇ ਪਹੁੰਚੇ ਤਾਂ ਚਾਰ ਨੌਜਵਾਨਾਂ ਨੇ ਪੱਥਰ ਮਾਰ ਕੇ ਪਹਿਲਾਂ ਫਾਰਚੂਨਰ ਗੱਡੀ ਨੂੰ ਰੋਕਿਆ ਤੇ ਬਾਅਦ ਚ ਕਾਰ ਖੋ ਕੇ ਫਰਾਰ ਹੋ ਗਏ। ਡਰਾਈਵਰ ਚਲਾ ਰਿਹਾ ਸੀ, ਫੋਰਚੂਨਰ ਗੱਡੀ ਸੀ, ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਿਹਾ। ਇੱਕ ਮੁੰਡਾ ਆਇਆ, ਉਹਨੇ ਪੱਥਰ ਮਾਰਿਆ, ਅਗਲਾ ਜਿਹੜਾ ਦੌੜਤਾ। ਤਿੰਨ ਬੰਦੇ ਉੱਧਰੋਂ ਭੱਜੇ ਆਏ ਨੇ, ਇੱਕ ਨੇ ਗੰਨ ਰੱਖੀ, ਇੱਕ ਨੇ ਐਡਾ ਬੱਚਾ ਰੱਖਦਾ, ਡਰਾਈਵਰ ਨੂੰ ਮਾਰਿਆ ਵੀ ਤੇ ਗੱਡੀ ਖੋ ਕੇ ਭੱਜ ਗਈ। ਉਧਰ ਮੌਕੇ ਤੇ ਪਹੁੰਚੇ SHO ਓਂਕਾਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਤਫਤੀਸ਼ ਕੀਤੀ ਜਾ ਰਹੀ ਹੈ। ਉਹਨੂੰ ਪੱਥਰ ਮਾਰਿਆ, ਉਹਦੇ ਸ਼ੀਸ਼ੇ ਵਜਾ, ਡਰਾਈਵਰ ਨੇ ਕਿਤੇ ਗੱਡੀ ਰੋਕੀ ਆ, ਗੱਡੀ ਰੋਕਦੇ ਦੋ ਤਿੰਨ ਬੰਦੇ ਪਿੱਛੋਂ ਆਏ ਆ ਆ ਕੇ ਤੇ ਡਰਾਈਵਰ ਨਾਲ ਵੱਧ ਘੱਟ ਕਰਨ ਲੱਗੇ ਆ ਤੇ ਗੱਲ ਪਾਣੀ ਤੇ ਗੱਡੀ ਸੈਟ ਲੈ ਗਏ, ਕਾਰਵਾਈ ਕਰ ਰਹੀ ਹੈ, ਪਰਚਾ ਦਰਜ ਕੀਤਾ ਹੈ, ਕਾਰਵਾਈ ਚੱਲ ਰਹੀ ਹੈ। ਫਿਲਹਾਲ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਤਫਤੀਸ਼ ਕਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।